ਪੁਆਇੰਟ ਵਾਲਿਆਂ ਦੀ ਕਾਪੀ ਕਰਕੇ ਇੱਕ ਇੰਟਰਵਿਊ ਤਿਆਰ ਕੀਤੀ ਹੈ। ਉਹਦੇ ਵਿੱਚ ਅਮਰੀਕ ਨੇ ਬੋਲਿਆ ਵੀ ਕੋਈ ਕਮੈਂਟੇਟਰ ਪਬਲਿਕ ਸਿਟੀ ਦੇ ਲਈ ਬੋਲਦਾ ਵੀ ਕਬੱਡੀ ਦੇ ਵਿੱਚ ਨਸ਼ਾ। ਅਮਰੀਕ ਸਹਿ, ਮੈਂ ਤੇਰੀ ਗੱਲ ਦਾ ਜਵਾਬ ਦੇਣ ਲੱਗਿਆ। ਪਬਲਿਕ ਸਿਟੀ ਪਰਮਾਤਮਾ ਨੇ ਜਿੰਨੀ ਕੁ ਦੇਣੀ ਸੀ ਦੇਤੀ, ਮੈਂ ਕਬੱਡੀ ਚ ਨਸ਼ਾ ਬੰਦ ਕਰਾਉਣ ਦੇ ਲਈ ਬੋਲਦਾ। ਉਹ ਸ਼ਬਦ ਉਸ ਵੈਬਸਾਈਟ ਵਾਲਿਆਂ ਨੇ ਮੇਰੇ ਲਈ ਬੁਲਾਏ ਸੀਗੇ। ਤੇਰੀ ਗੱਲ ਵਿੱਚ ਘਰਦਿਆਂ ਨੂੰ ਕੀ ਸੁਪਨਾ ਆਉਂਦਾ ਵੀ ਸਾਡਾ ਪੁੱਤ ਨਸ਼ਾ ਕਰਦਾ? ਜਾਂ ਤਾਂ ਤੂੰ ਉੱਥੇ ਬੋਲਿਆ ਆ ਪਲੇਅਰ ਗਰਾਊਂਡ ਦੇ ਵਿੱਚ ਹੈ, ਜਾਂ ਤਾਂ ਮੈਂ ਨੀ ਆਪਦੇ ਪਿਓ ਦਾ ਤੇ ਜਾਂ ਤੂੰ ਨੀ ਨਾਂ ਲੈ ਕਿਹੜਾ ਪਲੇਅਰ ਨਸ਼ਾ ਕਰਦਾ? ਤੂੰ ਮੈਨੂੰ ਇਹ ਦੱਸ ਦੇ ਵੀ ਮਾਲ ਵਿੱਚ ਨਸ਼ਾ ਕਿਹੜਾ ਪਲੇਅਰ ਨਹੀਂ ਕਰਦਾ? ਕਿਉਂਕਿ ਜਿਹੜੇ ਲੋਕ ਹੈ ਉਹਨਾਂ ਦੇ ਬੱਚੇ ਕਿਸੇ ਦਾ ਪੁੱਤ ਕਿਸੇ ਦਾ ਭਤੀਜਾ ਖੇਡਦੇ ਆ। ਇੱਕ ਮਿੰਟ ਰੁਕ ਜਾ,